ਕੰਧ ਸਾਡੀ ਸਰੀਰ ਤੁਹਾਡਾ 5 ਲੱਖ ਸਾਡਾ ਆ ਜਾਓ ਸਾਰੀ ਦੁਨੀਆ ਨੂੰ ਚੈਲੰਜ ਹਾਂਜੀ ਹਾਂਜੀ ਇਹ ਕੋਈ ਗੱਪ ਨਹੀਂ ਹੈਗਾ ਕੋਈ ਮਜ਼ਾਕ ਨਹੀਂ ਹੈਗਾ 5 ਲੱਖ ਰੁਪਏ ਦਾ ਨਾਮ ਦੇਵਾਂਗੇ ਆ ਚੈੱਕ ਬੁੱਕ ਹੈ ਮੇਰੇ ਹੱਥ ਦੇ ਵਿੱਚ ਇੱਥੇ ਖੜੇ ਆ 4 ਬੰਦੇ ਆ ਗਵਾਹ ਖੜੇ ਆ ਠੀਕ ਹੈ ਬਹੁਤ ਬੰਦੇ ਸਾਨੂੰ ਫਾਲਤੂ ਉਲਟਾ ਫੁਲਟਾ ਬੋਲਦੇ ਆ ਤੇ ਗੱਲ ਇਹ ਆ ਕਰਨਾ ਕੀ ਹੈ ਤੁਸੀਂ ਸਿਰਫ 1 ਮਿੰਟ ਕੰਧ ਨਾਲ ਖੜਨਾ ਹੈ ਜੀ ਕੰਧ ਨਾਲ ਖੜਨਾ ਕੰਧ ਨਾਲ ਖੜਨ ਤੇ 5 ਲੱਖ ਰੁਪਏ ਨਾਮ ਚਾਹੇ ਸਾਰੀ ਦੁਨੀਆ ਖੜ ਜੇ ਸਾਰੀ ਦੁਨੀਆ ਨੂੰ ਜੀ 5 ਲੱਖ ਰੁਪਏ ਦਾ ਨਾਮ ਦਾ ਆਪ ਵੇਚਣਾ ਪੈ ਜੇ ਕੱਲੇ ਕੱਲੇ ਨੂੰ ਪੈਸੇ ਦੇ ਕੇ ਭੇਜਾਂਗੇ ਆ ਜਾ ਵੀ ਖੜਨਾ ਕਿਵੇਂ ਮੈਂ ਦੱਸਦਾ ਠੀਕ ਹੈ ਲਓ ਜੀ ਆ ਜਾ ਨੇੜੇ ਆ ਜਾ ਠੀਕ ਹੈ ਇਹ ਐ ਨਹੀਂ ਹੈਗਾ ਵੀ ਇਹਨਾਂ ਬੰਦਿਆਂ ਵਾਸਤੇ ਸਾਰੇ ਬੰਦਿਆਂ ਵਾਸਤੇ ਕੋਈ ਮਰਜ਼ੀ ਖੜ ਕੇ ਦਿਖਾ ਦੇ ਸਾਰੀ ਦੁਨੀਆ ਨੂੰ ਚੈਲੰਜ ਕਰਦੇ ਸਾਰੇ ਜਣੇ ਦੱਬ ਦੁਨੀਆ ਨੂੰ ਤੇ ਤੁਸੀਂ ਜੀ ਕੰਧ ਨਾਲ ਪੈਰ ਐ ਲਾਉਣਾ ਠੀਕ ਹੈ ਜੀ ਪੈਰ ਲਾਉਣਾ ਕੰਧ ਨਾਲ ਤੇ 1 ਮਿੰਟ ਵਾਸਤੇ ਆ ਲੱਤ ਚੱਕਣੀ ਹੈ ਇਧਰਲੀ ਮਤਲਬ ਪ੍ਰੋਪਰ ਸਾਵਧਾਨ ਪੋਜੀਸ਼ਨ 'ਚ ਖੜਨਾ ਸਾਵਧਾਨ ਪੋਜੀਸ਼ਨ ਦੇ ਵਿੱਚ ਆ ਲੱਤ ਚੱਕ ਕੇ ਖੜਨਾ ਆ ਲੱਤ ਉੱਤੇ ਚੱਕਣੀ ਹੈ ਇਦਾਂ ਤੇ ਉਹ ਬਾਹ ਨਾਲ ਲੱਗਣੀ ਚਾਹੀਦੀ ਹੈ ਤੁਹਾਡੀ ਕੰਧ ਨਾਲ ਯਾਰ ਜਿਵੇਂ ਮਰਜ਼ੀ ਖੜ ਜਾਓ ਖੜ ਬਈ ਲੈ ਆ ਜਾਓ ਜੀ ਦੇਖੋ ਜੀ ਟਰਾਈ ਕਰਕੇ 5 ਲੱਖ ਰੁਪਿਆ ਕੈਸ਼ ਚਾਹੇ ਚੈੱਕ ਲੈ ਲਿਓ ਜੀ ਚਾਹੇ ਕੈਸ਼ ਲੈ ਲਿਓ ਸਾਰੀ ਦੁਨੀਆ ਨੂੰ ਚੈਲੰਜ ਹੈ ਕੋਈ ਮਰਜ਼ੀ ਖੜ ਕੇ ਦੇਖ ਲੈ ਕੰਧ ਨਾਲ ਬਹੁਤ ਬੰਦੇ ਕਹਿੰਦੇ ਸੀ ਕਹਿੰਦੇ ਇਹ ਇਨਾਮ ਦਿੰਦੇ ਨਹੀਂ ਐ ਕਰਦੇ ਜਾਣ ਕੇ ਗੱਪ ਮਾਰਦੇ ਐ ਠੀਕ ਹੈ ਆ ਜਾਓ ਬਈ ਜਿਹੜੇ ਚ ਤਿਲਾਂ ਚ ਤੇਲ ਹੈਗਾ ਇੱਥੇ ਆ ਜਾਓ ਖੜਿਆਲ ਚ ਆ ਜਾਓ 5 ਲੱਖ ਰੁਪਿਆ ਕੈਸ਼ ਦੇ ਕੇ ਤੋਰਾਂਗੇ ਜਿਹੜਾ ਖੜੂਗਾ ਬੰਦਾ ਜਿਹੜਾ ਬੰਦਾ ਖੜੂਗਾ ਕੋਈ ਵੀ ਕੁੜੀ ਆ ਜੇ ਕੋਈ ਮੁੰਡਾ ਆ ਜੇ ਕੋਈ ਬੁੜੀ ਆ ਜੇ ਕੋਈ ਬੰਦਾ ਕੋਈ ਮਰਜ਼ੀ ਆ ਜੇ ਸਾਰੀ ਨਹੀਂ ਨਹੀਂ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਤੂੰ ਰੱਸਾ ਪਾ ਕੇ ਖੜ ਜੇਗਾ ਤਾਂ ਹੱਥ ਨਹੀਂ ਲਾਉਣਾ ਹਾਂ ਸਾਵਧਾਨ ਖੜਨਾ ਕੰਧ ਨਾਲ ਦੇਖੋ ਬਾਈ ਖੜ ਕੇ ਇੱਧਰ ਇੱਧਰ ਘਟ ਰਾਈ ਇੱਧਰ ਕਰੋ ਟਰਾਈ 1 ਮਿੰਟ ਵਾਸਤੇ ਤੁਸੀਂ ਲੱਤ ਚੱਕਣੀ ਆ 5 ਲੱਖ ਰੁਪਏ 1 ਮਿੰਟ ਦੀ ਦਿੱਤ ਸਕਦੇ ਹਾਂ ਦੇਖੋ ਸਾਰੇ ਠੀਕ ਹੈ ਦੇਖੋ ਹਾਂ ਜਮਾ ਨਾਲ ਲਾ ਬਈ ਨਾਲ ਪੈਰ ਨਾਲ ਲਾ ਪੈਰ ਨਾਲ ਲਾਉਣਾ ਦੂਜਾ ਪੈਰ ਦੂਜਾ ਹਾਂ ਆ ਤਾਂ ਪੈਰ ਜਿੱਥੇ ਮਰਜ਼ੀ ਕਰ ਲੈ ਪਰਲਾ ਨਾਲ ਹੋਣਾ ਚਾਹੀਦਾ ਚਲੋ ਜੀ ਪੈਰ ਨਾਲ ਜੋੜਨਾ 1 ਮਿੰਟ ਵਾਸਤੇ ਤੁਸੀਂ ਤਾਂ ਯਾਰ 30 ਘੰਟੇ ਖੜ ਜਾਓ ਤੁਸੀਂ 30 ਘੰਟੇ ਖੜ ਜਾਓ ਯਾਰ ਤੁਸੀਂ 30 ਘੰਟੇ ਖੜ ਜਾਓ 30 ਸਕਿੰਟਾਂ 'ਚ 5 ਲੱਖ ਰੁਪਏ ਦਾ ਨਾਮ ਦਵਾਂਗੇ ਆ ਲੱਤ ਚੱਕਣੀ ਹੈ ਸਿਰਫ 30 ਸਕਿੰਟ 30 ਘੰਟ ਵਾਸਤੇ ਆ ਲੱਤ ਚੱਕਣੀ ਹੈ ਤੇ ਇਹ ਬਾਹ ਛੋਡੀ ਅੰਦਰ ਹੋਣੀ ਚਾਹੀਦੀ ਹੈ ਹਾਂ ਐ ਉਹਦੇ ਨਾਲ ਲੱਗਣੀ ਚਾਹੀਦੀ ਹੈ ਜਮਾ ਮੋਢਾ ਛੋਡਾ ਨਾਲ ਲੱਗਣਾ ਚਾਹੀਦਾ 5 ਲੱਖ ਰੁਪਏ ਕੈਸ਼ ਦੇ ਕੇ ਭੇਜਾਂਗੇ ਜਾਂ ਚੈੱਕ ਲੈ ਲਿਓ 30 ਸਕਿੰਟ ਖੜਨਾ ਹੈ ਸਿਰਫ ਇਹ ਬੰਦੇ ਨੂੰ ਤਾਂ ਮੈਂ ਇਹ ਵੀ ਕਹਿ ਦੇਣਾ ਤੂੰ ਮੋਢਾ ਚਾਹੇ ਨਾਲ ਨਾ ਹੀ ਲਾ ਠੀਕ ਹੈ ਖੜ ਕੇ ਦਿਖਾ ਦੇ ਚੱਕ ਦੇ ਬਈ ਲੱਤ 30 ਸਕਿੰਟ ਵਾਸਤੇ 30 ਸਕਿੰਟ 30 ਸਕਿੰਟ ਟਾਈਮ ਨੋਟ ਕਰਾਂਗੇ 30 ਸਕਿੰਟ ਟਾਈਮ ਨੋਟ ਹੈ 5 ਲੱਖ ਰੁਪਏ ਦਾ ਨਾਮ ਆ ਪਈ ਹੈ ਚੈੱਕ ਬੁੱਕ 30 ਸਕਿੰਟ ਠੀਕ ਹੈ ਗਾਲ ਵੜ ਜਾਊਗਾ ਪਰ ਜਵਾਨ ਤੋਂ ਨਹੀਂ ਮੁੱਕਰਦੀ ਯਾਰ 5 ਲੱਖ ਰੁਪਏ ਦੇ ਕੇ ਭੇਜਾਂਗੇ ਜਿਹੜਾ ਮਰਜ਼ੀ ਆ ਜਾਵੇ ਵਿੱਚ ਲਾਈਵ ਬੋਲ ਰਿਹਾ ਜਮਾ ਹਾਂ ਠੀਕ ਹੈ ਨਹੀਂ ਭੱਜਦੇ ਜਵਾਨ ਬੰਦੇ ਕਹਿੰਦੇ ਵੀ ਤੁਸੀਂ ਐ ਮੁੱਕਰ ਜਾਂਦੇ ਹੋ ਫਲਾਣਾ ਬੋਲਦੇ ਨਹੀਂ ਹੈਗੇ ਠੀਕ ਹੈ ਸਾਰੀ ਦੁਨੀਆ ਆ ਜੇ ਚਾਹੇ ਸਾਰੀ ਦੁਨੀਆ ਆ ਜੇ ਚਾਹੇ ਖੜ ਕੇ ਦਿਖਾਓ ਦਿਖਾਓ ਖੜ ਕੇ ਠੀਕ ਹੈ ਲੈ ਵੀ ਮੈਂ ਟਾਈਮ ਨੋਟ ਕਰੂੰਗਾ ਜਿਹੜੇ ਬੰਦੇ ਦੇ ਤਿਲਾਂ 'ਚ ਤੇਲ ਹੈਗਾ ਫਾਲਤੂ ਉੱਥੇ ਗਾਲਾਂ ਗੂਲਾਂ ਦੇਣ ਦੀ ਲੋੜ ਨਹੀਂ ਆ ਕੇ ਚੈਲੰਜ ਕਬੂਲੇ ਸਾਡਾ ਸਾਡੇ ਕੋਲੇ ਆਵੇ ਜੀ ਸਾਡੇ ਕੋਲੇ ਆਵੇ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੱਡਾ ਮੰਨ ਕੇ ਚੱਲੋ ਕੋਈ ਐਥਲੀਟ ਹੈ ਕੋਈ ਵੀ ਹੈ ਉਹ ਬੰਦਾ ਆ ਜੇ ਜਿੱਤ ਲੈ 5 ਲੱਖ ਰੁਪਿਆ ਕੈਸ਼ ਪੈਰ ਲਾ ਬਾਈ ਲਓ ਜੀ ਸਾਡੇ ਵੱਡੇ ਐਥਲੀਟ ਦੇਸਾ ਸਾਹਿਬ ਖੜੇ ਨੇ ਖੜ ਜਾ ਚਲੋ ਜੀ ਦੇਸਾ ਜੀ ਠੀਕ ਹੈ ਖੜੋ 30 ਸਕਿੰਟ 5 ਲੱਖ ਰੁਪਿਆ ਹੁਣੀ ਚੱਕ ਲਿਓ ਇੱਥੇ ਇਹ ਟਾਈਮ ਲਾਈਫ ਟਾਈਮ ਆਫਰ ਹੈ ਐ ਨਹੀਂ ਹੈਗਾ ਵੀ ਅੱਜ ਦਾ ਦਿਨ ਹੈ ਜਾਂ ਕੱਲ ਦਾ ਦਿਨ ਹੈ ਜਾਂ ਕੋਈ ਡੇਟ ਹੈ ਹਾਂ ਲਾਈਫ ਟਾਈਮ ਕੰਧ ਸਾਡੀ ਹੋਊਗੀ ਸਰੀਰ ਤੁਹਾਡਾ ਹੋਊਗਾ 5 ਲੱਖ ਸਾਡਾ ਹੋਊਗਾ ਹਾਂ ਕੈਸ਼ ਲੈ ਲਿਓ ਚਾਹੇ ਚੈੱਕ ਲੈ ਲਿਓ ਖੜ ਦੁਨੀਆ ਤੇ ਕੋਈ ਵੀ ਆ ਜੇ ਸਾਡੇ ਨਾਲ ਚੈਲੰਜ ਐਕਸੈਪਟ ਕਰੇ 5 ਲੱਖ ਰੁਪਿਆ ਦੇ ਕੇ ਭੇਜਾਂਗੇ ਤੇ ਅਸੀਂ ਕੰਧ ਨਾਲ ਖੜ ਕੇ ਵੀ ਦਿਖਾਵਾਂਗੇ ਹਾਂ ਠੀਕ ਹੈ ਜੀ ਅਸੀਂ ਇਹਦਾ ਪੂਰਾ ਤੁਹਾਨੂੰ ਸਪਸ਼ਟੀਕਰਨ ਵੀ ਕਰਾਂਗੇ ਸਪਸ਼ਟੀਕਰਨ ਕਰਾਂਗੇ ਵੀ ਪੂਰਾ ਸਪਸ਼ਟੀਕਰਨ ਕਰਾਂਗੇ ਸਪਸ਼ਟੀਕਰਨ ਕਰਾਂਗੇ ਇਹ ਚੀਜ਼ ਦਾ ਹਾਂ ਵੀ ਇਹ ਕਿਵੇਂ ਖੜਿਆ ਜਾਊਗਾ ਗੱਲਾਂ ਐ ਨਹੀਂ ਹੈਗਾ ਵੀ ਤੁਹਾਡਾ ਮੱਥਾ ਮਰਾਈ ਜਾਂਦੇ ਗੱਲਾਂ ਮੱਥਾ ਨਹੀਂ ਮਰਾਉਂਦੇ 5 ਲੱਖ ਰੁਪਏ ਦਾ ਨਾਮ ਹੈ 5 ਲੱਖ ਰੁਪਏ ਦਾ ਸਿਰਫ 30 ਸਕਿੰਟ ਦੇ ਵਿੱਚ ਠੀਕ ਹੈ ਕੋਈ ਮਰਜ਼ੀ ਕੁੜੀ ਮੁੰਡਾ ਬੁੜੀ ਬੰਦਾ ਕੋਈ ਮਰਜ਼ੀ ਆ ਜੇ ਆ ਜਾਓ ਜੀ ਆ ਜਾਓ ਜੀ ਲਾਓ ਜੋ ਲਾਓ ਜੋ ਪੈਰ ਐ ਚਾਹੀਦਾ ਤੇਰਾ ਇੱਥੇ ਠੀਕ ਹੈ ਲਾਓ ਜੋ ਤੂੰ ਚਾਹੇ ਪੁੱਠਾ ਹੋ ਕੇ ਖੜ ਕੇ ਦਿਖਾ ਦੇ ਯਾਰ ਤੂੰ ਪੈਰ ਲਾ ਨਾਲ ਪੈਰ ਜਮਾ ਸਿੱਧਾ ਚਾਹੀਦਾ ਤੇਰਾ ਕੰਧ ਨਾਲ ਲਾ ਬਾਈ ਪੈਰ ਉਹ ਪੈਰ ਤੇਰਾ ਕੰਧ ਨਾਲ ਲੱਗਿਆ ਹੋਣਾ ਚਾਹੀਦਾ ਇੱਥੇ ਲਾ ਹਾਂ ਇੱਥੇ ਚੱਲ ਪੈਰ ਕੰਧ ਨਾਲ ਹਾਂ ਹਾਂ ਕੋਈ ਨਾ ਘੁੰਮ ਕੇ ਖੜ ਦੇ ਖੜ ਜਾ ਤੂੰ ਤਾਂ ਘੁੰਮ ਕੇ ਖੜ ਜਾ ਕੋਈ ਨਾ ਘੁੰਮ ਕੇ ਖੜ ਜਾ ਯਾਰ 30 ਸਕਿੰਟ ਖੜਨਾ ਮਿਸਤਰੀ ਜੀ 5 ਲੱਖ ਰੁਪਏ ਦਾ ਨਾਮ ਹੈ ਹਾਂ ਘੁੰਮ ਕੇ ਖੜ ਜਾ ਬਾਈ ਕੋਈ ਦਿੱਕਤ ਨਹੀਂ ਦੇਖੋ ਠੀਕ ਹੈ ਦੇਖ ਲਓ ਬਾਈ ਗੱਗੀ ਸ਼ਰਮਾ ਤੁਸੀਂ ਦੇਖ ਲੈ ਹਾਂ ਦੇਖ ਲੈ ਬਾਈ ਠੀਕ ਹੈ ਜੀ ਕੋਈ ਇਹ ਫਾਲਤੂ ਕਿਸੇ ਦਾ ਟਾਈਮ ਵੇਸਟ ਨਹੀਂ ਹੈਗਾ ਵੀਡੀਓ ਸ਼ੇਅਰ ਕਰ ਦਿਓ ਸਾਰੇ ਜਣੇ ਸ਼ੇਅਰ ਸਾਰੇ ਕਰ ਦਿਓ ਪੇਜ ਨੂੰ ਕਰ ਲਓ ਫੋਲੋ ਸਾਡੇ ਕੋਲੇ ਚੈਲੰਜ ਮਹਾ ਜਮਾ ਫਾੜੂ ਨੇ ਜਿਹੜਾ ਬੰਦਾ ਖੜ ਸਕਦਾ ਉਹ ਵੀ ਸ਼ੇਅਰ ਕਰ ਦਿਓ ਨਹੀਂ ਖੜ ਸਕਦਾ ਉਹ ਵੀ ਕਰ ਲਓ ਆ ਜੇ ਕੋਈ ਘਰੇ ਬੈਠੇ ਜਿੱਤ ਲਓ ਤੁਸੀਂ 5 ਲੱਖ ਰੁਪਿਆ ਇਹ ਕੋਈ ਫੋਕੀਆਂ ਗੱਲਾਂ ਨਹੀਂ ਹੈਗੀਆਂ ਇਹ ਜਵਾਨ ਹੈ ਜੱਟ ਦੀ ਠੀਕ ਹੈ ਜਿਹੜੀ ਕਹਿਤੀ ਤਾਂ ਕਹਿਤੀ ਯਾਰ 5 ਲੱਖ ਦੇ ਕੇ ਭੇਜਾਂਗੇ ਨਾ ਕਿਤੇ ਭੱਜੇ ਆ ਨਾ ਕਿਤੇ ਮੁੱਕਰੇ ਆ ਠੀਕ ਹੈ ਜਿੱਥੇ ਬੈਠੇ ਆ ਤਾਂ ਬੈਠੇ ਲੈ ਵੀ ਦੇਖੋ ਉਹਨਾਂ ਦਾ ਕਰੋ ਇੱਕ ਪਾਸਾ ਲੈ ਵੀ ਕੋਈ ਜਿੱਤ ਸਕਦਾ ਤੁਹਾਡੇ 5 ਲੱਖ ਆ ਜਿੱਤ ਲਿਆ ਜੀ ਆ ਜਿੱਤ ਲਿਆ ਕਿਵੇਂ 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 ਖੜੇ ਹੋ ਖੜ ਜਾ ਹੈ ਲਾਓ ਨਾ
ਹੁਣੀ 5 ਲੱਖ ਰੁਪਈਆ ਨਹੀਂ ਸਾਰਾ ਨਹੀਂ ਲੈਣਾ ਜੀ ਸਾਰਾ ਲੈਣਾ 5 ਲੱਖ ਰੁਪਈਆ ਕੋਈ ਛੋਟੀ ਰਕਮ ਨਹੀਂ ਹੈਗੀ ਜੀ 5 ਲੱਖ ਰੁਪਈਆ ਸਾਫ ਕੰਧ ਨਾਲ ਖੜਨਾ ਕੋਈ ਕਿਸੇ ਚੀਜ਼ ਦਾ ਸਹਾਰਾ ਨਹੀਂ ਲੈਣਾ ਹਾਂ ਠੀਕ ਹੈ ਕੋਈ ਉਹ ਨਹੀਂ ਕਰਨਾ ਹੈਗਾ ਫਾਲਤੂ ਜਿੱਦਾਂ ਆਪਾਂ ਨਾਰਮਲ ਹੈਗੇ ਬਸ ਐਦਾਂ ਕੰਧ ਨਾਲ ਪੈਰ ਐ ਲੱਗਿਆ ਹੋਣਾ ਚਾਹੀਦਾ ਹਾਂ ਠੀਕ ਹੈ ਤੇ ਜਵਾਨ ਹੈ ਤੇ ਮੈਂ ਕਹਿੰਦਾ ਦੁਨੀਆ ਦਾ ਸਭ ਤੋਂ ਵੱਡਾ ਚੈਲੰਜ ਇਹ ਠੀਕ ਹੈ ਜੀ ਹਰੇਕ ਇਨਸਾਨ ਨੂੰ ਹੈ ਠੀਕ ਹੈ ਚਾਹੇ ਗੋਰਾ ਚਾਹੇ ਕੋਈ ਕਾਲਾ ਦੱਬ ਕੇ ਸ਼ੇਅਰ ਕਰ ਦੋ 5 ਲੱਖ ਰੁਪਏ ਦਾ ਨਾਮ ਹੈ ਕੋਈ ਛੋਟੀ ਗੱਲ ਨਹੀਂ ਸਾਰੀ ਦੁਨੀਆ ਨੂੰ ਚੈਲੰਜ ਹੈ ਲੈ ਵੀ ਦੱਸੋ ਆਪਣੇ ਹੱਥ ਨਾਲ ਭਰ ਲਓ ਦੱਸੋ ਜੀ ਭਰ ਲਓ ਆਪਣੇ ਹੱਥ ਨਾਲ ਦੱਸੋ ਬਾਈ ਕਿਵੇਂ ਕਰਨਾ ਹੈ ਹੋ ਸਕਦਾ ਕਰ ਸਕਦੇ ਹੋ ਜਾਂ ਨਹੀਂ ਦੱਸੋ ਨਹੀਂ ਹੁੰਦਾ ਤੁਹਾਡੇ ਤੋਂ ਲੈ ਵੀ ਵੀਡੀਓ ਸ਼ੇਅਰ ਕਰ ਦੋ ਇਹ ਬੰਦਿਆਂ ਤੋਂ ਤਾਂ ਹੁੰਦਾ ਨਹੀਂ ਹੋਰ ਜਿਹੜਾ ਮਰਜ਼ੀ ਆ ਕੇ ਸਾਡੇ ਤੋਂ 5 ਲੱਖ ਰੁਪਏ ਲੈ ਜੇ ਦੱਸ ਵੀ ਦਿੰਦਾ ਫਿਰ ਨਹੀਂ ਫਿਰ ਨਹੀਂ ਦੱਸਣਾ ਕੁਝ ਨਹੀਂ ਦੱਸਣਾ ਨਹੀਂ ਜ਼ੋਰ ਲਾਓ ਜਿਹੜਾ ਬੰਦਾ ਜਿੱਤ ਸਕਦਾ ਇੱਥੇ ਪਖੜਿਆਲ ਚਾਓ 5 ਲੱਖ ਰੁਪਏ ਜਿੱਤੋ ਸਾਡੇ ਤੋਂ ਕੰਧ ਸਾਡੀ ਸਰੀਰ ਤੁਹਾਡਾ 5 ਲੱਖ ਸਾਡਾ ਆ ਜਾਓ ਸਾਰੀ ਦੁਨੀਆ ਨੂੰ ਚੈਲੰਜ ਆ ਜਾਓ ਜਿਹੜਾ ਮਰਜ਼ੀ ਆ ਜੇ ਕਬੂਲੋ ਜਿਹੜੇ ਜਿੱਦਾਂ ਲੈ ਜੀ।